ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਹੈ। ਇਹ ਕਾਲਜ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਵਾਂ ਨਿਭਾ ਰਿਹਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵੱਲੋਂ ਕਾਲਜ ਦੀ 50ਵੀਂ ਵਰੇਗੰਢ ਨੂੰ ਸਮਰਪਿਤ ਅੰਤਰ ਸਕੂਲ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਹਨਾਂ ਵਿੱਚ ਸ਼੍ਰੀ ਅਨੰਦਪੁਰ ਸਾਹਿਬ, ਨੰਗਲ, ਨੂਰਪੁਰ ਬੇਦੀ ਅਤੇ ਨਾਲਾਗੜ੍ਹ ਦੇ ਖੇਤਰਾਂ ਨਾਲ ਸੰਬੰਧਿਤ ਲਗਭਗ 28 ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਵੀਰ ਸਿੰਘ ਜੀ ਨੇ ਸਕੂਲਾਂ ਤੋਂ ਆਏ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ। ਉਹਨਾਂ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਕੂਲਾਂ ਦੀਆਂ ਪ੍ਰਬੰਧਕੀ ਕਮੇਟੀਆਂ ਦਾ ਇਹਨਾਂ ਅੰਤਰ ਸਕੂਲ ਮੁਕਾਬਲਿਆਂ ਨੂੰ ਸਫਲ ਬਣਾਉਣ ਵਿੱਚ ਪਾਈ ਯੋਗਦਾਨ ਦੇ ਲਈ ਵਿਸ਼ੇਸ਼ ਧੰਨਵਾਦ ਕੀਤਾ। ਬਹੁਤ ਹੀ ਸਤਿਕਾਰਯੋਗ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਜਗਦੀਸ਼ ਸਿੰਘ ਜੀ, ਪ੍ਰੋਫੈਸਰ ਸਾਹਿਬਾਨ, ਬਾਹਰੋਂ ਆਏ ਅਧਿਆਪਕ ਸਾਹਿਬਾਨ, ਬਹੁਤ ਪਿਆਰੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਬੱਚਿਓ, ਅੱਜ ਦੇ ਅੰਤਰ ਸਕੂਲ ਮੁਕਾਬਲਿਆਂ 'ਚ ਤੁਸੀਂ ਕੁਝ ਨਾ ਕੁਝ ਸਿੱਖ ਕੇ ਜਾਓਗੇ, ਐਸਾ ਸਾਡਾ ਮੰਨਣਾ ਹੈ। ਇਹ ਉਹ ਮੁਕਾਬਲੇ ਨੇ ਜਿਹੜੇ ਜ਼ਿੰਦਗੀ ਦੀਆਂ ਜਿਹੜੀਆਂ ਬਹੁਤ ਸਮੱਸਿਆਵਾਂ ਨੇ ਉਹਨਾਂ ਨੂੰ ਡੀਲ ਕਰਨਾ ਸਿਖਾਉਂਦੇ ਨੇ। ਜਦੋਂ ਅਸੀਂ ਇੱਥੇ ਨਹੀਂ ਜਿੱਤਦੇ ਤਾਂ ਅਸੀਂ ਇਹ ਮੰਨ ਲੈਂਦੇ ਹਾਂ ਕਈ ਵਾਰ ਕਿ ਸ਼ਾਇਦ ਮੇਰੇ ਨਾਲ ਧੱਕਾ ਹੋ ਗਿਆ। ਅਤੇ ਮੈਂ ਇਸ ਸਟੇਜ ਤੋਂ ਇਹ ਦੱਸਣਾ ਚਾਹੁੰਦਾ ਕਿ ਅਸੀਂ ਪੂਰੀ ਕੋਸ਼ਿਸ਼ ਕੀਤੀ, ਜਿਹੜੇ ਜੱਜਿਸ ਨੇ ਉਹ ਬਹੁਤ ਫੇਅਰ ਜੱਜਮੈਂਟ ਕਰਨ ਦਾ ਯਤਨ ਕਰਨਗੇ, ਕਿਉਂਕਿ ਇਸ ਕੰਪੀਟੀਸ਼ਨ ਦੀ ਸਕਸੈਸ ਸਿਰਫ ਇਸੇ ਗੱਲ 'ਤੇ ਪਈ ਕਿ ਜੇ ਅਸੀਂ ਫੇਅਰ ਜੱਜਮੈਂਟ ਕਰ ਸਕੀਏ। ਪ੍ਰੋਫੈਸਰ ਸੰਦੀਪ ਨੇ ਕਾਲਜ ਬਾਰੇ ਦੱਸਿਆ, ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੁੰਦੀ ਪਈ ਕਿ ਇਸ ਵਰੇ ਕਾਲਜ ਦੀ ਗੋਲਡਨ ਜੁਬਲੀ ਹੈ ਅਤੇ ਸੱਚਮੁੱਚ ਕਾਲਜ ਆਪਣੇ ਗੋਲਡਨ ਪੀਰੀਅਡ ਵਿੱਚੋਂ ਲੰਘ ਰਿਹਾ ਹੈ। ਸਾਡੇ ਕੋਲ ਉਹ ਸਟੇਟਸ ਨੇ ਜਿਹੜੇ ਸ਼ਾਇਦ ਪੰਜਾਬ ਦੇ ਕਿਸੇ ਕਾਲਜ ਕੋਲ ਨਾ ਹੋਣ। ਸਟਾਰ ਕਾਲਜ ਦੀ ਸਕੀਮ ਮਿਲੀ, ਏ ਗ੍ਰੇਡ ਏ ਕਾਲਜ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ, ਉੱਨਤ ਭਾਰਤ ਸਕੀਮ ਅਤੇ ਆਟੋਨਮਸ ਦੀ ਸਟੇਟਸ ਦੀ ਰਿਪੋਰਟ ਸਾਡੀ ਆ ਗਈ। ਉਹ ਯੂਨੀਵਰਸਿਟੀ ਨੇ ਉਹਨਾਂ ਨੇ ਰਿਕਮੈਂਡ ਕਰ ਦਿੱਤਾ ਕਿ ਕਾਲਜ ਨੂੰ ਆਟੋਨਮਸ ਕਾਲਜ ਬਣਾ ਦਿੱਤਾ ਜਾਏ। ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ, ਕਿਉਂਕਿ ਜਿਹੜੀਆਂ ਸਟੂਡੈਂਟਸ ਦੀਆਂ ਸਮੱਸਿਆਵਾਂ ਹੁੰਦੀਆਂ ਸੀ, ਜਿਹੜੀਆਂ ਯੂਨੀਵਰਸਿਟੀ ਨੇ ਡੀਲ ਕਰਨੀਆਂ ਹੁੰਦੀਆਂ ਸੀ, 278 ਕਾਲਜ ਦੇ, ਉਹਨਾਂ 'ਚ ਕਈ ਵਾਰੀ ਸਾਡੇ ਸਟੂਡੈਂਟਸ ਦਾ ਕਿਸੇ ਦਾ ਰਿਜ਼ਲਟ ਜਦੋਂ ਡਿਲੇ ਹੁੰਦੇ ਸੀ, ਉਹ ਅਗਲੀ ਕਲਾਸ 'ਚ ਐਡਮਿਸ਼ਨ ਲੈਣ ਵੇਲੇ ਵੀ ਸਮੱਸਿਆ ਆਉਂਦੀ, ਅਤੇ ਜੇ ਉਹ ਮਾਸਟਰ ਡਿਗਰੀ ਕਰ ਲੈਂਦਾ ਤਾਂ ਉਹਨੂੰ ਉਹ ਜੋਬ ਵਾਸਤੇ ਅਪਲਾਈ ਕਰਨ ਵਿੱਚ ਲੇਟ ਹੋ ਜਾਂਦਾ ਸੀ। ਹੁਣ ਉਹ ਜਦੋਂ ਸਾਰਾ ਪ੍ਰੋਸੀਜਰ ਅਸੀਂ ਆਪ ਕਰ ਸਕਾਂਗੇ, ਅਸੀਂ ਸਿਲੇਬਸ ਡਿਜ਼ਾਇਨ ਕਰਾਂਗੇ, ਪੇਪਰ ਸੈੱਟ ਕਰਾਂਗੇ, ਪੇਪਰ ਮਾਰਕ ਕਰਾਂਗੇ, ਡਿਗਰੀ ਯੂਨੀਵਰਸਿਟੀ ਦੇਵੇਗੀ। ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਸਾਡੇ 'ਤੇ ਆ ਫੇਥ ਕਰਨਾ ਕਿ ਅਸੀਂ ਇਹ ਸਾਰੀ ਪ੍ਰੈਕਟਿਸ ਫੇਅਰ ਕਰ ਸਕਾਂਗੇ, ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ। ਗੋਲਡਨ ਜੁਬਲੀ ਈਅਰ 'ਚ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਾਲਜ ਦੀਆਂ ਅਚੀਵਮੈਂਟਸ ਬਾਰੇ ਜ਼ਰੂਰ ਸਾਂਝੀਆਂ ਕਰਨਾ ਚਾਹਾਂਗਾ ਕਿ 278 ਕਾਲਜਾਂ 'ਚ ਯੂਥ ਫੈਸਟੀਵਲ 'ਚ ਕਾਲਜ ਨੇ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਜਿਹੜੀਆਂ ਜਿੱਤਾਂ ਨੇ ਉਹ ਪ੍ਰਾਪਤ ਕੀਤੀਆਂ ਨੇ। ਐਸ ਜੀ ਪੀ ਸੀ 40 ਕਾਲਜ ਚਲਾਉਂਦੀ, ਅਤੇ ਜਦੋਂ ਪਿਛਲੇ ਦਿਨੀ ਖੇਡਾਂ ਦੇ ਕੰਪੀਟੀਸ਼ਨ ਹੋਏ ਅਤੇ ਅਸੀਂ ਸੈਕਿੰਡ ਨੰਬਰ 'ਤੇ ਰਹੇ, ਅਤੇ ਬਹੁਤ ਵੱਡੀ ਗਿਣਤੀ ਵਾਲੇ ਕਾਲਜ ਨੇ ਜਿਨ੍ਹਾਂ ਨਾਲ ਸਾਡਾ ਕੰਪੀਟੀਸ਼ਨ ਸੀ, ਜਿਨ੍ਹਾਂ ਦੀ ਸਟਰੈਂਥ 6000 ਤੋਂ ਵੱਧ ਹੈ ਅਤੇ ਆਲਰੇਡੀ ਉਹ ਆਟੋਨਮਸ ਦਾ ਸਟੇਟਸ ਰੱਖਦੇ ਨੇ। ਸਰ, ਤੁਸੀਂ ਸਾਰੇ ਇਸ 'ਤੇ ਅਮਲ ਵੀ ਕਰੋਗੇ, ਔਰ ਹਾਂ, ਇੱਕ ਚੀਜ਼ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਬਹੁਤ ਹੀ ਅੱਛੀ ਤਿਆਰੀ ਕਰਕੇ ਆਏ ਹੋ, ਔਰ ਜਦੋਂ ਜ਼ਰੂਰੀ ਨਹੀਂ ਹੈ ਕਿ ਅਸੀਂ ਸਟੇਜ 'ਤੇ ਪਰਫੋਰਮ ਕਰ ਰਹੇ ਹਾਂ ਸਿਰਫ ਅਸੀਂ ਉਦੋਂ ਹੀ ਚੁੱਪ ਬੈਠਣਾ ਜਾਂ ਸਾਡੇ ਸਕੂਲ ਨੇ ਉਦੋਂ ਹੀ ਸੁਣਨਾ ਜਾਂ ਸਾਡਾ ਸਕੂਲ ਉਦੋਂ ਹੀ ਡਿਸਿਪਲਿਨ ਮੇਨਟੇਨ ਕਰੇਗਾ। ਕੋਈ ਵੀ ਸਕੂਲ, ਕੋਈ ਵੀ ਸਟੂਡੈਂਟ ਜਦੋਂ ਸਟੇਜ 'ਤੇ ਪਰਫੋਰਮ ਕਰ ਰਿਹਾ, ਆਈ ਫੀਲ ਕਿ ਤੁਸੀਂ ਸਾਰੇ ਬੜੇ ਅੱਛੇ ਤਰੀਕੇ ਨਾਲ, ਬੜੇ ਪਿਆਰ ਨਾਲ ਉਹਨਾਂ ਨੂੰ ਸੁਣੋਗੇ। ਰਜਿਸਟ੍ਰੇਸ਼ਨ ਕਮੇਟੀ ਤੋਂ ਆਈ ਫੀਲ ਸਭ ਰਜਿਸਟ੍ਰੇਸ਼ਨ ਕਰਵਾ ਚੁੱਕੇ ਨੇ, ਟੀਮ ਮੈਂਬਰਸ ਅਲੋਟ ਹੋ ਚੁੱਕੇ ਨੇ, ਸਟੇਜਿਸ ਸਾਰੀਆਂ ਤੁਹਾਨੂੰ ਦੱਸੀਆਂ ਜਾ ਚੁੱਕੀਆਂ ਨੇ। ਅਗਰ ਫਿਰ ਵੀ ਕਿਸੇ ਨੂੰ ਕੋਈ ਸਟੇਜ ਦਾ ਡਾਊਟ ਹੈ ਤਾਂ ਮੈਂ ਇੱਕ ਵਾਰ ਮੇਨ ਸਟੇਜ ਤੋਂ ਅਨਾਊਂਸ ਕਰਨ ਜਾ ਰਿਹਾ। ਜੋ ਸਾਡਾ ਪਹਿਲਾ ਕੰਪੀਟੀਸ਼ਨ ਹੈ ਉਹ ਲੋਕ ਗੀਤ ਦਾ ਹੈ, ਸੋਲੋ ਸੌਂਗ ਦਾ ਹੈ, ਠੀਕ ਹੈ ਜੀ, ਉਹ ਮੇਨ ਸਟੇਜ 'ਤੇ ਰਹੇਗਾ। ਕੁਇਜ਼ ਜੋ ਰਿਟਨ ਹੈ ਉਹ LD 203 Block B ਗਰਾਊਂਡ ਫਲੋਰ, ਤੁਹਾਡੇ ਇੱਥੋਂ ਹੀ ਤੁਹਾਡੀ ਜਿਹੜੀ ਟੀਮਸ ਨੇ ਇੱਥੋਂ ਹੀ ਐਜ਼ ਆ ਗਾਈਡ ਤੁਹਾਨੂੰ ਨਾਲ ਟੀਚਰ ਇੱਕ ਜਾਣਗੇ, ਤੁਹਾਨੂੰ ਉੱਥੇ ਛੱਡ ਦੇਣਗੇ, ਠੀਕ ਹੈ, ਉੱਥੇ ਰਿਟਨ ਹੋਏਗਾ। ਸਾਰਿਆਂ ਨੂੰ
ਤੇ ਹੁਣ ਅਸੀਂ ਲੋਕ ਗੀਤ ਦੇ ਮੁਕਾਬਲੇ ਸ਼ੁਰੂ ਕਰਨ ਜਾ ਰਹੇ ਹਾਂ। ਜਿਹੜੇ ਜਿਹੜੇ ਵਿਦਿਆਰਥੀਆਂ ਨੇ ਲੋਕ ਗੀਤ ਵਿੱਚ ਭਾਗ ਲਿਆ ਹੈ ਮੁਕਾਬਲੇ ਵਿੱਚ, ਪਲੀਜ਼ ਉਹ ਜਲਦੀ ਤੋਂ ਜਲਦੀ ਹਾਲ ਵਿੱਚ ਆਉਣ ਦੀ ਕਿਰਪਾਲਤਾ ਕਰਨ। ਤਨ ਮੇਰੇ ਪਾਪਾ ਨਾਨਕ ਜੀ ਬੇਟ ਨਾ ਲਗਣ।
Thank you.
ਕੰਪਿਊਟਰ ਐਸਾ ਸਬਜੈਕਟ ਹੈ ਜਿਹਨੂੰ ਹਰ ਰੋਜ਼ ਬਹੁਤ ਧਿਆਨ ਨਾਲ ਸਮਝਣ ਦੀ ਜ਼ਰੂਰਤ ਪੈਂਦੀ। ਜਿਹੜੀਆਂ ਚੇਂਜਿਸ ਨੇ ਉਹ ਬੜੀ ਸਪੀਡ ਨਾਲ ਆਉਂਦੀਆਂ ਨੇ। ਤੁਸੀਂ ਦੇਖੋਗੇ ਕਿ ਬਾਕੀ ਜਿਹੜੇ ਸਬਜੈਕਟਸ ਨੇ ਉਹਨਾਂ 'ਚ ਸਪੀਡ ਜਿਹੜੀ ਥੋੜ੍ਹੀ ਘੱਟ ਹੈ। ਇਹਦੇ 'ਚ ਅਸੀਂ ਸੌਂਗ ਉੱਠਦੇ ਹਾਂ ਸਵੇਰੇ ਕੁਝ ਨਾ ਕੁਝ ਚੇਂਜ ਹੋਇਆ ਹੁੰਦਾ ਅਤੇ ਜਦੋਂ ਤੁਸੀਂ ਗੂਗਲ 'ਤੇ ਸਰਚ ਕਰਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਇਵੇਂ ਹੋ ਸਕਦਾ, ਫਿਰ ਤੁਸੀਂ ਡਿਸਕਸ ਕਰਦੇ ਹੋ ਅਤੇ ਲੱਗਦਾ ਫਿਰ ਪਤਾ ਲੱਗਦਾ ਵੀ ਹਾਂ ਸੱਚੀ ਇਵੇਂ ਵੀ ਹੋ ਜਾਂਦਾ। ਕਿਉਂਕਿ ਤੁਸੀਂ ਕੰਪਿਊਟਰ ਦੇ ਸਟੂਡੈਂਟਸ ਹੋ, ਇਸ ਕਰਕੇ ਸਿਰਫ ਤੇ ਸਿਰਫ ਇਹਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੀ ਇੰਪੋਰਟੈਂਸ ਬਣਾ ਸਕਦੇ ਹੋ। ਜਿਹੜਾ ਇੰਟਰਵਿਊ ਲੈਣ ਵਾਲਾ ਬੰਦਾ ਹੈ ਉਹ ਬਾਕੀਆਂ ਨਾਲ ਤੁਹਾਨੂੰ ਵੱਖਰੇ ਸਮਝੇਗਾ। ਤੁਸੀਂ ਖਾਲਸਾ ਕਾਲਜ ਰਾਮਪੁਰ ਸਾਹਿਬ ਤੋਂ ਐਮ ਐਸ ਸੀ ਕਰਦੇ ਹੋ, ਇੱਕ ਗੱਲ ਹੈ ਤੁਸੀਂ ਕਿੱਥੋਂ ਟ੍ਰੇਨਿੰਗ ਕੀਤੀ? ਫੁੱਲਾਂ ਵਰਗੇ ਹਾਲੇ ਰੂਪ ਨਰੋਏ ਨੇ, ਸ਼ਗਨਾਂ ਦੇ ਹੱਥਾਂ ਵਿੱਚ ਗਾਨੇ ਚਾਣਾ ਪੂਰੇ ਹੋਏ ਨੇ, ਸ਼ਗਨਾਂ ਦੇ ਹੱਥਾਂ ਵਿੱਚ ਗਾਨੇ ਚਾਣਾ ਪੂਰੇ ਹੋਏ ਨੇ, ਦਿਲ ਵਿੱਚ ਲਕੋਈ ਬੈਠੀਆਂ ਲੱਖਾਂ ਹੀ ਅਰਮਾਨਾਂ ਨੂੰ, ਉਹ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ, ਦੇਸ਼ ਦੀ ਖਾਤਿਰ ਬਾਹਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ, ਕਿਨੂੰ ਨਹੀਂ ਜੀਵਨ ਦੀਆਂ ਲੋੜਾਂ, ਕਿਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜੂਣਾ ਚਾਹੁੰਦਾ ਹੈ, ਤਰ੍ਹਾਂ ਤਰ੍ਹਾਂ ਦੇ ਇਸ ਜੀਵਨ ਲਈ ਬੰਦਾ ਜਾਲ ਵਿਛਾਉਂਦਾ ਹੈ, ਕਿਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜੂਣਾ ਚਾਹੁੰਦਾ ਹੈ। ਆਪ ਟੈਕਨੀਕਲੀ ਅੱਛਾ, ਕਿੰਨੇ ਲੋਕ ਇਹ ਮੰਨਦੇ ਕਿ ਅੱਜ ਕਾ ਟਾਈਮ ਟੈਕਨੀਕਲ ਲੋਕੋ ਕੇ ਲੀਏ ਅੱਛਾ ਹੈ ਜਾਂ ਆਨੇ ਵਾਲਾ ਟਾਈਮ ਟੈਕਨੀਕਲ ਲੋਕੋ ਕੇ ਲੀਏ ਔਰ ਜ਼ਿਆਦਾ ਅੱਛਾ ਹੋਗਾ, ਇਹ ਕਿੰਨੇ ਲੋਕ ਲੱਗਦਾ ਹੈ? ਹਾਂ ਤੋਂ ਬਗੈਰ ਸਭ ਲੱਗਦਾ ਹੈ। ਮੈਂ ਥੋੜ੍ਹਾ ਜਿਹਾ ਟੋਪਿਕ ਪਰ ਜਾਣੇ ਸੇ ਪਹਿਲੇ ਮੈਂ ਥੋੜ੍ਹਾ ਜਿਹਾ ਆਪਕੋ ਇੰਪੋਰਟੈਂਸ ਬਤਾਤਾ ਹੂੰ ਕਿ ਇਸ ਚੀਜ਼ ਕੀ ਇੰਪੋਰਟੈਂਸ ਹੈ ਜਾਂ ਨਹੀਂ, ਕਿਉਂਕਿ ਆਪ ਤਬ ਤੱਕ ਕੋਈ ਚੀਜ਼ ਨਹੀਂ ਕਰੋਗੇ ਜਬ ਤੱਕ ਆਪਕੋ ਇੰਪੋਰਟੈਂਟ ਨਹੀਂ ਲੱਗੇਗੀ, ਹੈ ਨਾ। ਮੈਂ ਤਬ ਤੱਕ ਕੋਈ ਚੀਜ਼ ਨਹੀਂ ਕਰੂੰਗਾ ਜਬ ਤੱਕ ਮੁਝੇ ਉਸਮੇਂ ਆਪਣਾ ਕੋਈ ਫਾਇਦਾ ਨਹੀਂ ਦਿਖੇਗਾ, ਠੀਕ ਹੈ। ਇਹ ਮੇਰਾ ਪ੍ਰੋਮਿਸ ਹੈ, ਅਗਰ ਆਪ 5 ਦਿਨ ਪ੍ਰੋਪਰ ਲਗਾਤੇ ਹੋ ਤਾਂ ਆਪਕੋ ਐਸੀ ਐਸੀ ਚੀਜ਼ਾਂ ਸਿੱਖਣੇ ਕੋ ਮਿਲੇਗੀ ਜੋ ਆਪਣੇ ਕਦੇ ਸੋਚੀ ਨਹੀਂ ਹੋਈ। ਅਤੇ ਸਮੂਹ ਸੰਗਤ ਦਸ਼ਮ ਪਿਤਾ ਬਾਜਾਂ ਵਾਲੇ ਮਾਹੀ ਸਾਹਿਬੇ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ। ਅੱਜ ਦੀ ਪੀੜ੍ਹੀ ਸਿੱਖ ਇਤਿਹਾਸ ਨੂੰ ਭੁੱਲਦੀ ਜਾ ਰਹੀ ਹੈ ਅਤੇ ਉਹ ਭੁੱਲਦੀ ਜਾ ਰਹੀ ਹੈ ਕਿ ਸਿੱਖ ਕੌਣ ਹੈ, ਸਿੱਖ ਦੀ ਕੀ ਪਹਿਚਾਣ ਹੈ। ਅਤੇ ਇਸ ਸਿੱਖ ਦੀ ਪਹਿਚਾਣ ਨੂੰ ਦੱਸਣ ਲਈ ਮੈਂ ਆਪਣੀ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ, ਜਿਸ ਦਾ ਸਿਰਲੇਖ ਹੈ ਅਸੀਂ ਕੌਣ ਹਾਂ। ਜਿੱਥੇ ਮੁੱਕਦੀ ਮਜਨੂਆਂ ਰਾਂਝਿਆਂ ਦੀ ਸ਼ੁਰੂ ਹੁੰਦੀ ਆ ਉੱਥੋਂ ਦਾਸਤਾਂ ਸਾਡੀ, ਸਾਡੇ ਲੜਦਿਆਂ ਲੜਦਿਆਂ ਤਾਪ ਤੇਰੋ ਰਾਮ।
Mohan line, B, Magnier line, C, Ratcliffe line, D, troposphere does life exit, and the options are A, troposphere, B, stratosphere, C. Option B, lock it away. B, yes, and C, prime minister, D, none of these. Audience, please. Political party in India. Options are A, CPI, B, RNC, C, BJP, D,